ਭਵਾਨੀਗੜ੍ਹ ਵਿਖੇ ਕੈਬਨਿਟ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਨੇ ਗਰੀਬ ਵਰਗ ਨੂੰ ਆਟਾ ਦਾਲ ਸਕੀਮ ਦੇ ਤਹਿਤ ਤਕਰੀਬਨ 3000 ਸਮਾਰਟ ਕਾਰਡ ਵੰਡੇ। ਉਹਨਾਂ ਆਖਿਆ ਕਿ ਪਿਛਲੇ ਸਮੇਂ ਵਿੱਚ ਗਰੀਬ ਵਰਗ ਦੇ 1000 ਤੋਂ ਜ਼ਿਆਦਾ ਕਾਰਡ ਕੱਟੇ ਗਏ ਸੀ ਅਤੇ ਹੁਣ ਸਰਕਾਰ ਵੱਲੋਂ ਉਹ ਜ਼ਰੂਰਤਮੰਦ ਪਰਿਵਾਰਾਂ ਦੇ ਲਈ ਅੱਜ ਸਮਾਰਟ ਰਾਸ਼ਨ ਕਾਰਡ ਵੰਡ ਸਮਾਰੋਹ ਰੱਖਿਆ ਗਿਆ ਤੇ ਕਾਂਗਰਸ ਸਰਕਾਰ ਦੇ ਵੱਲੋਂ ਅੱਜ ਤਕਰੀਬਨ 3000 ਤੋਂ ਜ਼ਿਆਦਾ ਸਮਾਰਟ ਕਾਰਡ ਭਵਾਨੀਗੜ੍ਹ ਦੇ ਵਿੱਚ ਵੰਡੇ ਗਏ ਨੇ, ਜਿਸ ਦੇ ਤਹਿਤ ਕੋਈ ਵੀ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਆਨਲਾਈਨ ਆਪਣੇ ਪਰਿਵਾਰ ਦੇ ਲਈ ਰਾਸ਼ਨ ਲੈ ਸਕਦਾ ਹੈ। ਉਹਨਾਂ ਆਖਿਆ ਕਿ ਕੋਰੋਨਾ ਲੌਕਡਾਊਨ ਤੋਂ ਪਹਿਲਾਂ ਬਜ਼ੁਰਗਾਂ ਨੇ ਕਈ ਬੱਸ ਪਾਸ ਅਪਲਾਈ ਕੀਤੇ ਸਨ ਜੋ ਲੌਕਡਾਊਨ ਦੇ ਕਾਰਨ ਨਹੀਂ ਬਣ ਸਕੇ ਸਨ। ਅੱਜ ਉਹਨਾਂ ਵੱਲੋਂ ਪੂਰੇ ਇਲਾਕੇ ਦੇ ਵਿੱਚ ਤਕਰੀਬਨ 550 ਤੋਂ ਜ਼ਿਆਦਾ ਬਜ਼ੁਰਗਾਂ ਦੇ ਲਈ ਬੱਸ ਪਾਸ ਵੀ ਉਹਨਾਂ ਨੂੰ ਦਿੱਤੇ ਜਾ ਰਹੇ ਨੇ, ਤਾਂ ਜੋ ਜੇਕਰ ਬਜ਼ੁਰਗ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਤਾਂ ਉਹ 50% ਬੱਸ ਦੇ ਕਿਰਾਏ ਵਿੱਚ ਸਫ਼ਰ ਕਰ ਸਕਣ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।